ਕੀ ਮਸਲਾ ਸੀ? ਸਿਸਟਰ ਡਰਾਈਵਰ ਉਹਨਾਂ ਦੇ ਕਨਵਰਟ ਛੱਡਣ ਜਾ ਰਿਹਾ ਸੀ। ਅੱਛਾ ਜੀ। ਰਸਤੇ ਦੇ ਵਿੱਚ ਰੈੱਡ ਲਾਈਟ ਤੋਂ ਇਹ ਬੱਸ ਸਟੈਂਡ ਵੱਲੋਂ ਇਹਨਾਂ ਦੀ ਗੱਡੀ ਆ ਰਹੀ ਸੀ ਤੇ ਇਧਰੋਂ ਕੂਲ ਰੋਡ ਤੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਆਉਂਦੇ ਹੁੰਦੇ ਇਹਨਾਂ ਨੇ ਤਿੰਨਾਂ ਮੁੰਡਿਆਂ ਨੇ ਸ਼ਰਾਬ ਪੀਤੀ ਹੋਈ ਸੀ। ਪਹਿਲਾਂ ਗੱਡੀ ਇਹਨਾਂ ਨੇ ਕੱਢੀ, ਫਿਰ ਸਲੋਅ ਕਰ ਲਈ, ਫਿਰ ਜ਼ਿਆਦਾ ਤੇਜ਼ ਕੱਢ ਕੇ ਸਿਸਟਰਾਂ ਦੀ ਗੱਡੀ ਦੇ ਵਿੱਚ ਮਾਰ ਦਿੱਤੀ। ਗੱਡੀ ਦੇ ਵਿੱਚ ਮਾਰੀ ਤੇ ਮਾਰੀ, ਡਰਾਈਵਰ ਨੂੰ ਫੜ ਕੇ ਉੱਤੋਂ ਲਾ ਕੇ, ਉੱਤੋਂ ਲਾ ਕੇ ਡਰਾਈਵਰ ਨੂੰ ਉਹਨੂੰ ਕੁੱਟਿਆ, ਕੁੱਟ ਕੇ ਤੇ ਸਿਸਟਰਾਂ ਨੂੰ ਵੀ ਗਾਲਾਂ ਕੱਢੀਆਂ ਇਹਨਾਂ ਨੇ। ਕਿੰਨੇ ਜਣੇ ਸੀ ਜੀ ਇਹ? ਤਿੰਨ ਜਣੇ ਹੈ, ਚਾਰ ਜਣੇ ਸੀ, ਇੱਕ ਦੌੜ ਗਿਆ, ਤਿੰਨ ਜਣੇ ਫੜੇ ਗਏ। ਅੱਛਾ ਜੀ, ਤੇ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਜੀ? ਪੁਲਿਸ ਵਾਲੇ ਵੀ, ਪੁਲਿਸ ਵਾਲੇ ਉਹਨਾਂ ਨੂੰ ਨਾਲਾ ਆਈ ਸੀ ਪੁਲਿਸ, ਉਹ ਪਰ ਇਹਨਾਂ ਨੂੰ ਕਹਿੰਦੇ ਕਦੀ ਕਹਿਣ ਚੌਂਕੀ ਲੈ ਜਾਣਾ, ਕਦੀ ਕਹਿਣ ਉੱਧਰ ਲੈ ਜਾਣਾ, ਆਲੇ ਗਾਲੇ ਕਰਦੇ ਸੀ। ਅਸੀਂ ਫਿਰ ਸਾਰੇ ਜਣੇ ਇਕੱਠੇ ਹੋ ਗਏ, ਅਸੀਂ ਕਿਹਾ ਪਹਿਲਾਂ ਇਹਨਾਂ ਦਾ ਮੁਲਾਜ਼ਾ ਕਰਾਓ, ਸ਼ਰਾਬ ਪੀਤੀ ਹੋਈ, ਫਿਰ ਅਸੀਂ ਇੱਥੇ ਇਹਨਾਂ ਨੂੰ ਸਿਵਲ ਹਸਪਤਾਲ। ਪੁਲਿਸ ਹੁਣ ਆਪਣੀ ਬਣਦੀ ਕਾਰਵਾਈ ਕਰ ਰਹੀ ਹੈ ਜੀ? ਪਤਾ ਨਹੀਂ ਹੁਣ ਹੁਣ ਕਿਹਾ ਆ, ਕਰਨ ਲੱਗੇ ਆ। ਅੱਛਾ ਜੀ, ਪਰਚਾ ਪੁਰਚਾ ਕੱਟਣ ਲੱਗੇ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਮੰਗ ਕਰਦੇ ਕਿ ਇਨਸਾਫ ਹੋਵੇ, ਉਹਨਾਂ ਨੇ ਗਲਤੀ ਕੀਤੀ ਤਾਂ ਉਹਨਾਂ ਦੀ ਮਾਫੀ ਮੰਗਣ। ਠੀਕ ਹੈ ਜੀ। ਨਗਰ ਪਾਲਿਕਾ ਬਾਗ ਭਾਈ, ਕੀ ਮਾਮਲਾ ਹੋਇਆ? ਕੀ ਤੁਹਾਨੂੰ ਆਪਣਾ, ਆਪਾਂ ਆ ਰਹੇ ਸੀ ਬੱਸ ਸਟੈਂਡ ਦੇ ਤਰਫ ਤੋਂ, ਠੀਕ ਹੈ ਜੀ, ਆਪਣੀ ਹਰੀ ਲਾਈਟ ਸੀਗੀ, ਗ੍ਰੀਨ ਲਾਈਟ ਸੀਗੀ, ਆਪਾਂ ਆਪਣੀ ਕ੍ਰੋਸ ਕਰਨੀ ਸੀਗੀ। ਇਹਨਾਂ ਦੀ ਗੱਡੀ ਆਈ ਆ, ਰੈੱਡ ਕ੍ਰੋਸ ਪਰ ਕੀਤੀ ਆ, ਰੈੱਡ ਲਾਈਟ, ਅਤੇ ਸਿੱਧੀ ਆਪਣੀ ਗੱਡੀ ਇਹਨਾਂ ਦੇ ਵਿੱਚ ਗੱਡੀ ਪਿਛਲੇ ਟਾਇਰ ਦੇ ਵਿੱਚ ਗਈ। ਅਤੇ ਇਹਨਾਂ ਜਿਹੜੀ ਮੂਵੀ ਬਣਾਉਂਦੇ ਦੋਸ਼ ਲਗਾਏ, ਉਹ ਕੀ ਮਾਮਲਾ? ਕੁੜੀਆਂ ਦੀ ਮੂਵੀ ਬਣਾ ਰਹੇ ਸੀ ਤੁਸੀਂ? ਨਹੀਂ, ਮੂਵੀ ਆਪਾਂ ਨਹੀਂ ਬਣਾਈ, ਮੈਂ ਨਹੀਂ ਬਣਾਈ। ਅਤੇ ਗਲਤੀ ਕੀ ਇਹਨਾਂ ਦੀ ਹੈ? ਗਲਤੀ ਇਹਨਾਂ ਦੀ ਰੈੱਡ ਲਾਈਟ ਇਹਨਾਂ ਨੇ ਪਰ ਕੀਤੀ ਆ, ਮੂਵੀ ਮੈਂ ਨਹੀਂ ਬਣਾਈ। ਇਹ ਉਹਨਾਂ ਨੂੰ ਆਹ ਦੋ ਬੰਦੇ ਨਾਲ ਮੇਰੇ, ਇਹਨਾਂ ਨੂੰ ਪੁੱਛੋ ਮੂਵੀ ਕਿਸ ਨੇ ਬਣਾਈ ਆ। ਤਾਂ ਡਰਿੰਕ ਵਗੈਰਾ ਕੀ ਕਹਿੰਦੇ ਉਹ, ਕੋਈ ਡਰਿੰਕ ਕੀਤੀ ਕਹਿੰਦੇ ਤੁਸੀਂ ਉਹਨਾਂ ਨੂੰ? ਬੀਅਰ ਬੋਰੀ ਕੁਝ ਨੇ ਪੀਤੀ ਆ। ਐਕਸੀਡੈਂਟ ਹੋਇਆ ਸੀਗਾ ਆਪਣੇ ਚੁਨਮਨ ਚੌਂਕ ਦੇ ਦੂਜੇ ਬੰਨੇ, ਉੱਥੇ ਗੱਡੀ ਸੀਗੀ, ਉਹਨਾਂ ਦੋਵਾਂ ਗੱਡੀਆਂ ਦਾ ਐਕਸੀਡੈਂਟ ਹੋਇਆ ਸੀਗਾ, ਤਾਂ ਦੋਵਾਂ ਨੂੰ ਆਪਾਂ ਮੁਲਾਜ਼ਾ ਕਰਾ ਦਿੱਤਾ, ਤਿੰਨ ਬੰਦੇ ਸ਼ਰਾਬ ਪੀਤੀ ਸੀਗੀ, ਬਾਕੀ ਜੋ ਕਿ ਕਾਰਵਾਈ ਸੀ ਕਾਨੂੰਨੀ ਕਾਰਵਾਈ ਆਪਾਂ ਕੀਤੀ ਹੈ। ਤੁਸੀਂ ਨਹੀਂ ਨਹੀਂ ਕੋਈ ਡਰਿੰਕ ਨਹੀਂ ਉਹ ਕਹੀ ਜਾਂਦੇ, ਨਹੀਂ 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 ਕੋਈ ਇੱਦਾਂ ਦੀ ਗੱਲ ਨਹੀਂ। ਆਹੋ ਤੇ ਫੇਰ ਅਸੀਂ ਏਦਾਂ ਜਾਣ ਹੀ ਨੀ ਦੇਣਾ। ਪਬਲਿਕ ਸਾਰੀ ਆ ਜਾਣੀ, ਫੇਰ ਨਾ ਕਿਉਂ ਤੁਹਾਨੂੰ ਦੱਸ ਦਿੰਦਾ ਮੈਂ, ਫੇਰ ਨਾ ਕਿਉਂ, ਇਹ ਉੱਪਰੋਂ ਸਾਡਾ ਉਲਟਾ ਬੋਲੀਆਂ ਆ ਗਿਆ, ਦੇਖ ਲੈਣਾ ਕੀ ਦੇਖ ਲੈਣਾ ਤੂੰ ਮੈਨੂੰ। ਰਾਜਨ ਭਗਤ ਦੀ ਰਿਪੋਰਟ।